ਸਤ ਸ੍ਰੀ ਅਕਾਲ ਦੋਸਤੋ ਹਾਜ਼ਰ ਹਾਂ ਜੀ ਹਰ ਵਾਰ ਦੀ ਤਰ੍ਹਾਂ ਇੱਕ ਨਵੇਂ ਟੌਪਿਕ ਤੇ ਗੱਲ ਕਰਨ ਦੇ ਲਈ ਦੋਸਤੋ ਪਿਛਲੇ ਕਾਫੀ ਡੇਜ਼ ਤੋਂ ਅਲੱਗ-ਅਲੱਗ ਮਾਦੀਮ ਰਹੀ ਸਟੂਡੈਂਟ ਦੀ ਇੱਕ ਕੁਐਰੀ ਜੋ ਬਹੁਤ ਜ਼ਿਆਦਾ ਸਾਨੂੰ ਮਿਲੀ ਹੈ ਉਹ ਹੈ ਆਰਟਸ ਵਾਲੇ ਸਟੂਡੈਂਟ ਆਰਟਸ ਵਾਲੇ ਸਟੂਡੈਂਟ ਕਿਹੜੇ ਡਿਪਲੋਮੇ ਦੇ ਵਿੱਚ ਕਿਹੜੇ ਕੋਰਸ ਦੇ ਵਿੱਚ ਕੈਨੇਡਾ ਅਗੇ ਸਟੱਡੀ ਵੀਜ਼ਾ ਲਈ ਜਾ ਰਹੇ ਹਨ ਸੋ ਜਿਵੇਂ ਮੈਂ ਪਹਿਲਾਂ ਹੀ ਆਪਣੀ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਸੀ ਕਿ ਨਾਨ ਮੈਡੀਕਲ ਮੈਡੀਕਲ ਆਰਟਸ ਕਮਰਸ ਇੰਟਰਐਟਸ ਇਹ ਸਭ ਇੰਡੀਆ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਵੀਜ਼ਾ ਅਫਸਰ ਨੇ ਕੀ ਦੇਖਣਾ ਕਿ ਉਸਦੇ ਪ੍ਰੀਵੀਅਸ ਜੋ ਕੋਰਸ ਤੁਸੀਂ ਅੱਗੇ ਲੈ ਰਹੇ ਹੋ ਉਸਦੇ ਰੈਲੇਵੈਂਟ ਪ੍ਰੀਵੀਅਸ ਸਟੱਡੀ ਦੇ ਵਿੱਚ ਤੁਸੀਂ ਕੀ ਸਬਜੈਕਟ ਦੇ ਵਿੱਚ ਸਟੱਡੀ ਕੀਤੀ ਹੈ ਮਤਲਬ ਆਪਣੇ ਜੋ ਤੁਹਾਡਾ ਇੰਟੈਂਡੈਂਟ ਕੋਰਸ ਹੈ ਅਗਰ ਤੁਸੀਂ ਉਹ ਕੋਰਸ ਲੈ ਰਹੇ ਹੋ ਤਾਂ ਉਸਦੇ ਰੈਲੇਵੈਂਟ ਉਸਦੀ ਕੀ ਰਿਕੁਆਇਰਮੈਂਟ ਹੈ ਐਂਡ ਉਸਦੇ ਵਿੱਚੋਂ ਤੁਹਾਡੀ ਕੀ ਪਰਫਾਰਮੈਂਸ ਹੈ ਇਹ ਚੀਜ਼ ਮੈਟਰ ਕਰਦੀ ਹੈ ਹੁਣ ਅਗਰ 8 ਸਾਲੇ ਬੱਚਿਆਂ ਦੀ ਗੱਲ ਕਰੀਏ 8 ਸਾਲੇ ਬੱਚਿਆਂ ਕੋਲ ਮੇਨ ਇੰਗਲਿਸ਼ ਸਬਜੈਕਟ ਹੁੰਦਾ ਉਸ ਤੋਂ ਇਲਾਵਾ ਉਹਨਾਂ ਕੋਲ ਰਿਲੀਜੀਅਨ ਹਿਸਟਰੀ ਸਾਇੰਸ ਜੀ ਮਿਊਜ਼ਿਕ ਵਗੈਰਾ ਇਦਾਂ ਦੇ ਸਬਜੈਕਟ ਹੁੰਦੇ ਹਨ ਉਹਨਾਂ ਦੇ ਰੈਲੇਵੈਂਟ ਕੋਰਸ ਜੇ ਅਗਰ ਆਪਾਂ ਕੈਨੇਡਾ ਦੇ ਵਿੱਚ ਸਰਚ ਕਰਾਂਗੇ ਤਾਂ ਬਹੁਤ ਘੱਟ ਆਪਸ਼ਨ ਹੈ ਬਹੁਤ ਘੱਟ ਆਪਸ਼ਨਸ ਆਪਣੇ ਕੋਲ ਅਵੇਲੇਬਲ ਹਨ ਅਗਰ ਇੰਗਲਿਸ਼ ਤੋਂ ਇਲਾਵਾ ਹੋਰ ਸਬਜੈਕਟ ਅਗਰ ਆਪਾਂ ਦੇਖੀਏ ਹੁਣ ਇੱਕ ਗੱਲ ਇੱਥੇ ਹੋਰ ਕੀ ਦੇਖੀ ਗਈ ਹੈ ਕਿ ਜਦੋਂ ਆਰਟਸ ਆਪਾਂ ਆਪਣਾ ਨਾਮ ਲੈਨੇ ਆ ਕਿ ਇਹ 8 ਸਾਲਾ ਸਟੂਡੈਂਟ ਤਾਂ ਮੋਸਟਲੀ ਬੰਦੇ ਕਹਿੰਦੇ ਹਨ ਤੁਸੀਂ ਹੌਸਪਿਟੈਲਿਟੀ ਦੇ ਵਿੱਚ ਚੱਲ ਜਿਓ ਹੋਟਲ ਮੈਨੇਜਮੈਂਟ ਦੇ ਵਿੱਚ ਚੱਲ ਜਿਓ ਕਿਉਂਕਿ ਸਟੂਡੈਂਟ ਨੇ 12th ਦੇ ਵਿੱਚ ਇੰਗਲਿਸ਼ ਟੀਮ ਜੋ ਮੇਜਰ ਦਾ ਮੇਨ ਸਬਜੈਕਟ ਹੈ ਹੌਸਪਿਟੈਲਿਟੀ ਵੀ ਇੱਕ ਆਪਸ਼ਨ ਹੈ ਹੌਸਪਿਟੈਲਿਟੀ ਵੀ ਜਾ ਸਕਦੇ ਹੋ ਬਟ ਕੱਲੇ ਹੌਸਪਿਟੈਲਿਟੀ ਹੀ ਨਹੀਂ ਜਾ ਸਕਦੇ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਬਹੁਤ ਆਪਸ਼ਨ ਹੁੰਦੀਆਂ ਹਨ ਹੁਣ 8 ਥਾਲੇ ਬੱਚੇ ਸਭ ਤੋਂ ਪਹਿਲਾਂ ਉਹਨਾਂ ਦੀ ਹਸਪਿਟੈਲਿਟੀ ਫੀਲਡ ਵਿੱਚ ਜਾ ਸਕਦੇ ਹਨ ਹਸਪਿਟੈਲਿਟੀ ਦੇ ਵਿੱਚ ਕਾਫੀ ਕੋਰਸ ਆ ਜਾਂਦੇ ਹਨ ਹੋਟਲ ਐਂਡ ਰਿਜ਼ੋਰਟ ਮੈਨੇਜਮੈਂਟ ਕਲਿਨਰੀ ਮੈਨੇਜਮੈਂਟ ਟੂਰਿਜ਼ਮ ਮੈਨੇਜਮੈਂਟ ਐਂਡ ਇਦਾਂ ਦੇ ਹੋਰ ਕਾਫੀ ਡਿਪਲੋਮਾਸ ਹੁੰਦੇ ਹਨ ਹੁਣ ਕਲਿਨਰੀ ਮੈਨੇਜਮੈਂਟ ਜੋ ਡਿਪਲੋਮਾ ਚੂਜ਼ ਕਰਨ ਵਾਲੇ ਕਰਨ ਵੇਲੇ ਇੱਕ ਗੱਲ ਦਾ ਧਿਆਨ ਰੱਖਣਾ ਕਾਫੀ ਸਟੂਡੈਂਟ ਜਿਵੇਂ ਨਾਰਥ ਇੰਡੀਆ ਜਿਵੇਂ ਪੰਜਾਬ ਦੇ ਵਿੱਚ ਦੇਖੀਏ ਤਾਂ ਕਾਫੀ ਸਟੂਡੈਂਟ ਦਾ ਅਮਰਤ ਛਕੇਆ ਹੁੰਦਾ ਹੈ ਅਮਰਤ ਛਕੇਆ ਵਾਲੇ ਸਟੂਡੈਂਟ ਕਲੀਨਰੀ ਮੈਨੇਜਮੈਂਟ ਦੇ ਵਿੱਚ ਕਦੇ ਵੀ ਨਾ ਜਾਣ ਕਿਉਂਕਿ ਇਸ ਕੋਰਸ ਦੇ ਵਿੱਚ ਮੇਨਲੀ ਕਿਚਨ ਰਿਲੇਟਡ ਜੋ ਸ਼ੈਫ ਦੀ ਜਿਆਦਾਤਰ ਦੇਖੀਏ ਤਾਂ ਇਹਦੇ ਵਿੱਚ ਉਦਾਂ ਦਾ ਮਟੀਰੀਅਲ ਹੁੰਦਾ ਹੈ ਤਾਂ ਉਸ ਵਿੱਚ ਨਾਨ-ভেজ ਆਲਮੋਸਟ ਕਾਫੀ ਹੁੰਦਾ ਹੈ ਇਹਨਾਂ ਦੇ ਕੋਰਸ ਦਾ ਪਾਰਟ ਹੁੰਦਾ ਹੈ ਇੱਕ ਇਦਾਂ ਨੇ ਮੈਂ 2-3 ਸਟੂਡੈਂਟ ਦੇਖੇ ਆ ਜੋ ਕਲਿਨਰੀ ਮੈਨੇਜਮੈਂਟ ਲੈ ਕੇ ਇੱਥੋਂ ਚਲੇ ਗਏ ਬਟ ਉਹਨਾਂ ਦਾ ਅਮਰਤ ਸੀ ਅਮਰਤ ਸ਼ੱਕਾ ਸੀ ਉਰਦੂ ਸਿੱਖ ਸੀ ਉੱਥੇ ਜਾ ਕੇ ਬੱਚਿਆਂ ਨੂੰ ਇਦਾਂ ਦੀ ਪ੍ਰੋਬਲਮ ਫੇਸ ਕਰਨੀ ਪਈਆਂ ਸੋ ਇਹ ਗੱਲਾਂ ਦਾ ਵੀ ਧਿਆਨ ਰੱਖਣਾ ਹੁਣ ਹੋਸਟੈਲਿਟੀ ਤੋਂ ਇਲਾਵਾ ਇੰਗਲਿਸ਼ ਵਾਲੇ ਬੱਚੇ ਕਿਸ ਕਿਸ ਟਾਈਪ ਦੇ ਕੋਰਸ ਲੈ ਸਕਦੇ ਹਨ ਸਭ ਤੋਂ ਵਧੀਆ ਐਂਡ ਬੈਸਟ ਉਹਨਾਂ ਲਈ ਐ ਲਾਅ ਦੇ ਰਿਲੇਟਡ ਕੋਰਸ ਕਿਉਂਕਿ ਜਿੰਨੇ ਵੀ ਲਾਅ ਰਿਲੇਟਡ ਕੋਰਸ ਕੈਨੇਡਾ ਦੇ ਵਿੱਚ ਹਨ ਸਾਰਿਆਂ ਦੇ ਵਿੱਚ ਮੇਨ ਇੰਗਲਿਸ਼ ਰਿਕੁਆਇਰਡ ਹੁੰਦੀ ਹੈ ਉਹਦੇ ਵਿੱਚ ਲੋਅ ਕਲਰਕ ਲੈ ਲਓ ਪੈਰਾ ਲੀਗਲ ਲੈ ਲਓ ਕ੍ਰਿਮੀਨਲ ਐਂਡ ਜਸਟਿਸ ਅਨੇਕਾ ਹੀ ਇਦਾਂ ਦੇ ਕੋਰਸ ਹਨ ਜਿਨ੍ਹਾਂ ਦੇ ਵਿੱਚ ਇੰਗਲਿਸ਼ ਰਿਕੁਆਇਰਡ ਹੁੰਦੀ ਹੈ ਇਸ ਤੋਂ ਇਲਾਵਾ ਆਫਿਸ ਐਡਮਿਨ ਆਫਿਸ ਮੈਨੇਜਮੈਂਟ ਆਫਿਸ ਅਸਿਸਟੈਂਟ ਇਦਾਂ ਦੇ ਕਾਫੀ ਕੋਰਸ ਹਨ ਉਹ ਵੀ ਆਰਟਸ ਵਾਲੇ ਬੱਚੇ ਲੈ ਸਕਦੇ ਹਨ ਹੁਣ ਕਈ ਬੱਚਿਆਂ ਕੋਲ ਜੋ ਇੰਟਰਐਕਟਸ ਦੇ ਨਾਲ ਕੀਤੀ ਹੁੰਦੀ ਹੈ ਜੋ 12th ਗ੍ਰੇਡ ਉਸ ਦੇ ਵਿੱਚ ਲਾਈਕ ਇਕਨੋਮਿਕਸ ਜਾਂ ਮੈਥਸ ਵਗੈਰਾ ਹੁੰਦਾ ਹੈ ਤਾਂ ਉਹਨਾਂ ਦੇ ਲਈ ਆਪਸ਼ਨ ਥੋੜੀਆਂ ਜੀਆਂ ਹੋਰ ਵੀ ਵੱਧ ਜਾਂਦੀਆਂ ਹਨ ਉਹ ਬਿਜ਼ਨਸ ਦੇ ਵਿੱਚ ਵੀ ਇੱਕ ਜਨਰਲ ਬਿਜ਼ਨਸ ਦਾ ਡਿਪਲੋਮਾ ਵੀ ਲੈ ਸਕਦੇ ਹਨ ਅਗਰ ਆਪਾਂ ਦੇਖੀਏ ਬਿਨਸ ਮੈਨੇਜਮੈਂਟ ਇਨ ਮਾਰਕੀਟਿੰਗ ਜਾਂ ਫਾਈਨਾਂਸ ਵਗੈਰਾ ਨਹੀਂ ਹੋ ਲੈ ਸਕਦੇ ਬਟ ਜਨਰਲ ਬਿਜ਼ਨਸ ਦੇ ਕੋਰਸ ਹੋ ਅਗਰ ਮੈਥ ਤੁਹਾਡੇ ਕੋਲ ਇਕਨੋਮਿਕਸ ਹੈ ਤਾਂ ਤੁਸੀਂ ਲੈ ਸਕਦੇ ਹੋ ਸੋ ਅਗਰ 12th ਗ੍ਰੇਡ ਵਿਦਆਰਟਸ ਟੀਮ ਨਾ ਕੀਤੀ ਹੈ ਕੈਨੇਡਾ ਸਟਡੀ ਵੀਜ਼ਾ ਲਈ ਜਾ ਰਹੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਹੌਸਪਿਟੈਲਿਟੀ ਦੀ ਫੀਲਡ ਹੈ ਉਸ ਵਿੱਚ ਹੋਟਲ ਐਂਡ ਰਿਜ਼ੋਰਟ ਮੈਨੇਜਮੈਂਟ ਟੂਰਿਜ਼ਮ ਮੈਨੇਜਮੈਂਟ ਕੁਲਿਨਰੀ ਮੈਨੇਜਮੈਂਟ ਦੇ ਡਿਪਲੋਮਾਸ ਆ ਜਾਂਦੇ ਹਨ ਇਸ ਤੋਂ ਇਲਾਵਾ ਤੁਹਾਡੇ ਲਈ ਲਾਅ ਦੇ ਰਿਲੇਟਡ ਕੋਰਸਸ ਹਨ ਜਿਦੇ ਵਿੱਚ ਪੈਰਾ ਲੀਗਲ ਲਾਅ ਕਲਰਕ ਕ੍ਰਿਮੀਨਲ ਐਂਡ ਜਸਟਿਸ ਦੇ ਡਿਪਲੋਮਾਸ ਆ ਜਾਂਦੇ ਹਨ ਆਫਿਸ ਮੈਨੇਜਮੈਂਟ ਆਫਿਸ ਐਡਮਿਨ ਦੇ ਕੋਰਸ ਤੁਸੀਂ ਲੈ ਸਕਦੇ ਹੋ ਐਂਡ ਅਗਰ ਮੈਥ ਇਕਨੋਮਿਕਸ ਤੁਹਾਡੇ ਕੋਲ ਹੈ ਤਾਂ ਬਿਜ਼ਨਸ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਧੰਨਵਾਦ